चलो स्पीड। ये तो सारी जगह लाइट बल दी पिए देसी तरीका। यो लाइट बल सी भाई। आओ भाई आओ। अस्सलाम वालेकुम, वेलकम बैक। मैं ताबिश रजा, मेरे नाल चाचा मानू, उन्दे अलावा बे सारे अपनी विरा भी मेरे नाल। असा ही टाइम आए वध्या पाकिस्तान दे कियो जे गांव दी तरफ असा वेंदे पे, जिथा के अज तक भी बिजली गए नहीं, ते सादा बिल्कुल माहौल है। तक मैं ओ दिखे ना बिल्कुल जंगल है, जंगल दे विच ई समझो कल्ला घर है। तो एक तो बोतल पींदे पे, उन्दे अलावा एक ही दस सही मच्छरदानी, मत्ता शाम दा मच्छर पट गिने। रस्ता है देखो खराब शुरू थी गयो। असा ही टाइम सिंध दे एरिया दे विच आ चुके हैं। ਹੁਣੇ ਮੈਂ ਕੁਝ ਐਵਾਂ ਦੱਸਿਆ ਨੇ ਪੈਣ, ਇੱਥਾਂ ਕਿ ਸਾਰੇ ਜੰਗਲਾਤ ਹੋ ਜਾਣ ਇਹਦੇ ਤੇ ਪਵੇ ਇਹ ਹਾਲਤ। ਦੁਨੀਆ ਜਾਂ ਕੀ ਰਾਜ ਨਹੀਂ, ਜਾਨਵਰ ਹਨ ਸਾਰੇ ਔਰ ਸ਼ੇਰ। ਅਸਾਂ ਇਹ ਟਾਈਮ ਇਹ ਸੋਚ ਸਮਝ ਕੇ ਨੋ ਪੂਰੇ ਇਹ ਸਮਝੇ ਜੰਗਲਾਤ ਵਾਲੇ ਏਰੀਆ ਚ ਸ਼ਾਮ ਇੰਟਰਟੇਨਮੈਂਟ ਸ਼ੁਰੂ ਥੀ ਗਏ, ਲੇਕਿਨ ਅਸਲ ਜਿਹੜੀ ਸਾਡੀ ਡੈਸਟੀਨੇਸ਼ਨ ਹੈ ਉਹ ਇੱਥਾਂ ਨਹੀਂ, ਉਹ ਬਈ ਜਗ੍ਹਾ ਤੇ ਬਣਨੇ। ਇੱਥਾਂ ਸਾਰੇ ਬੇਰ ਜਾਣ ਵਾਲੇ ਉਹਨਾਂ ਕੋਲ ਥੀ ਕਿ ਵੱਲ ਅਸਾਂ ਹੂੰ ਜਗ੍ਹਾ ਤੇ ਵੇਸੋ, ਉਹ ਤੱਕ ਲਿਖੇ ਸਾ ਅਸਲ ਜਗ੍ਹਾ ਦੇਖਣ ਦੀ। ਉਹ ਵੀਅਰਸ ਯਾਰ ਦੇਖੋ ਬਿਜਲੀ ਤੇ ਇਹਨਾਂ ਕੋਲ ਵੀ ਅੱਜ ਤੱਕ ਹੈ ਨਹੀਂ। ਅਸਲਾਮ ਵਾਲੇਕੁਮ। ਹੁਣ ਤਾਂ ਬਿਲਕੁਲ ਸਹੀ ਰਸਤਾ ਹੀ ਗਏ ਨਹੀਂ, ਦੇਖੋ ਕਿੱਥੇ ਹੀ ਦੂਰ ਦੂਰ ਤੱਕ ਕੋਈ ਘਰ ਤੱਕ ਨਜ਼ਰ ਕਹਿਣਾ ਸੀ। ਇਹ ਦੇਖੋ ਸਾਰਾ ਜੰਗਲ ਹੀ ਜੰਗਲ ਹੈ, ਰਾਤ ਦੀ ਵੀ ਪਈ ਸਾਰੀ ਕੋਸ਼ਿਸ਼ ਹੈ ਕਿ ਟਾਈਮ ਨਾਲ ਪਹੁੰਚ ਵਿਓ। ਕਿਥੇ ਲੁਕ ਗਏ ਪਤਾ ਹੀ ਨਹੀਂ ਲੱਗਾ। ਦੁਬਈ ਦਾ ਸ਼ੇਖ ਚੱਲਦਾ ਪਿਆ। ਚਲਾਓ ਹਾਂ, ਜਵਾਨ ਸ਼ੇਰ ਹੈ ਭਾਈ। ਚਲੋ ਗੱਲ ਇਹ ਹੁਣ ਪਾਣੀ ਦੇ ਵਿੱਚੋਂ ਗੁਜ਼ਾਰਨੇ ਵਾਲਦੇ ਥਿਆ ਕਿਆ ਥੀ ਦੇ ਨਾਲ। ਚਲੋ ਸਪੀਡ। ਅਸਾਂ ਆਪ ਹੀ ਗੁਜ਼ਰਨੇ ਹੋਰ ਕਿਵੇਂ। ਬੀਆ ਇੱਕ ਛੋਟਾ ਜਿਹਾ ਵੀਰਾ ਹੋਰ ਖਵਾਉਂਦਾ ਪਿਆ ਬੀਆ, ਕੋਈ ਰਾਸਤਾ ਹੀ ਕਹਿ ਨਹੀਂ ਦੇ ਵੰਜਣ ਕਿਤੇ। ਠੀਕ ਹੈ ਹਾਂ, ਅਸਾਂ ਹੁਣ ਵੱਲ ਜਿਹੜੇ ਵੇਲੇ ਵੇ ਸੁਣਾ ਹੁਣ ਪਤਾ ਲੱਗ ਸੀ ਸਾਰੇ ਇੱਕ ਤੇ ਮਿੱਟੀ ਨਾਲ ਭਰੀਜ ਗਏ। ਓ ਮਾਈ ਗੋਡ, ਮੈਂ ਯਾ ਮੈਂ ਜਾਣਾ ਸੀ। ਇਹ ਦੇਖੋ ਇਹ ਤੱਕ ਤਾਂ ਹਾਲ ਹੀ ਮੇਰੇ ਕੱਪੜੇ ਪਹੁੰਚ ਚੁੱਕੇ ਨੇ। ਉਹ ਇਹ ਜਗ੍ਹਾ ਜਿੱਕੀ ਹੈ, ਉਹ ਦੇਖੋ ਇਹ ਜਗ੍ਹਾ ਜਿੱਕੀ ਹੈ ਜ਼ਿਆਦਾ। ਮੁਸ਼ਕਿਲ ਨਾਲ ਕ੍ਰਾਸ ਕੀਤੇ, ਅਗਰ ਮੋਟਰਸਾਈਕਲ ਬੰਦ ਥੀ ਵਜੇ ਇਹਦੇ ਸੈਂਸਰ ਪਾਣੀ ਚਲਾ ਵਜੇ ਤਾਂ ਵਾਲੀ ਇੰਜਨ ਖਤਮ ਥੀ ਕਿਵੇਂ ਥੀ ਨਾ ਰਾਜਾ, ਇੰਜਨ ਖਤਮ ਥੀ ਵਜੇ ਬਾਅਦ ਬਿਲਕੁਲ ਛੁੱਟੀ ਅਗਰ ਚਾਰ ਜਾਂਦੇ। ਇਹ ਵੀ ਬੜੇ ਹੈਰਾਨ ਕੋ ਗਾਲ, ਇਹ ਦੇਤੇ ਪਵੇ ਤਾਂ ਇਹ ਇਹਦੇ ਕੋਲ ਇਹ ਸਾਈਡ ਤੇ ਅਸਾਂ ਵਧੇ ਮੁਜ਼ੱਫਰਗੜ, ਹੁਣ ਅਸਾਂ ਇੰਟਰ ਥੀ ਗਏ ਇਹਦੇ ਡੇਰਾ ਗਾਜ਼ੀ ਖਾਨ ਦੇ ਵਿੱਚ। ਇਹ ਹੁਣ ਜ਼ਿਲ੍ਹਾ ਜਿਹੜਾ ਡਿਸਟ੍ਰਿਕਟ ਡੇਰਾ ਗਾਜ਼ੀ ਖਾਨ ਥੀ ਗਿਆ। ਇਹ ਸੀ ਸਾਰੀ ਜਗ੍ਹਾ। ਅਸਲਾਮ ਵਾਲੇਕੁਮ। ਪੀ ਕੇ ਦਿਖਾ ਮੈਂ ਟ੍ਰਾਈ ਕਰਾਂ, ਇੱਕ ਮੈਂ ਪੀ ਕੇ ਦਿਖਾਵਾਂ। ਸਾਹ ਖੁੱਲਦੇ ਆਪ ਤਾਂ ਦੇ ਰਿਹਾ ਕਿ ਹੁੱਕਾ ਪੀਵਣ ਨਾਲ ਸਾਹ ਖੁੱਲਦੇ, ਮੇਰੇ ਦਾ ਖੁੱਲਦੇ ਤੁਹਾਡਾ ਬੰਦ। ਇਹ ਕਿਤ ਗੱਲ ਸਹੀ, ਮੱਛਰਾਂ ਭਜਾਉਣ ਕਿਤੇ
ये भाल अक्सी मच्छर भाजो ऐसी धुएं नाल लग गई है, लग गई है। ए मच्छर भजदा पे सही होने वाल बाबू जेसन बस धुआं जड़े चल सी मच्छर भजवे सी इडो बल गई है कोई ना बुहारे नाल परछा बीच रवे धुआं भी इडो लग गए सिग्नल ये देखो बिल्कुल खत्म थी गए जो जायज दे वाली थोड़े बहुत आंदे पे लाइट बल दी पिए देसी तरीका यो लाइट बल सी भाई अच्छा ए बले ने पे ते चार्जिंग की में करें दे मोबाइल जो तारें मोबाइल अपने फोन की में चार्ज ओ वड़ी बैटरी आंदे दी ना बाहर रख दे वे एक बले ने भी आ ए बी सी सुनवाओ खड़ी झूठा ला के नंद हां जी और सुनाओ ए बी सी डी आई जे जो भी डब्ल्यू एस वाई जेड गलत सुनवाए बे ए बी सी बंदा थे और नहीं नहीं वाल दोबारा पढ़ता क्या नहीं रही यार वाली सुनाओ दोबारा मैं जीत एक वाल ए है ए बी सी यानी इंग्लिश यक या में दिए जोड़ नहीं थी ना अच्छा चलो एक दफा ए बी सी तो सुनाओ दोबारा ना ना ए बी सी यार एक दफा ए बी सी A B C D E I J K E F E F भाई जी जब बोल बना यार तो सा हरे बैठा था पांच जान चार ऐसे आओ भाई आओ माने बुद्धि यार रोज़ सही बहुत अलग ही नज़र रहता है पहले ठर सी था ये वाल उन्हें बाद ये सटी सी चाचा मानू ये देखो ये जंगल ए से मेरी जगह ओए होए 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 ये देखो यार ये सारा जंगल तेरा कांटास तू चंगा बलास दसी बोंटास तू हजेड़े दरवाजे विच बोर चक्की खड़े आ मैं चंगी तरह जान समझ आंदी पे कश जा पूछे थे जांदी चमकोणा चंदे ने कुछ तेनु फड़ तले लोणा चंदे ने ਕੁਝ ਕਿੰਨੇ ਆਈ ਤੇ ਬੁੱਕੇ ਫੇਮ ਦੇ ਨਾਮ ਲੈ ਕੇ ਤੇਰਾ ਅੱਗੇ ਆਉਣਾ ਚਾਹੁੰਦੇ ਨੇ ਮੁਸੀਬਤ ਤਾਂ ਮਰਦ ਤੇ ਪੈਂਦੀ ਰਹਿੰਦੀ ਏ ਤਬੀ ਨਾ ਤੂੰ ਦੁਨੀਆ ਸਵਾਦ ਲੈਂਦੀ ਹੈ ਨਾਲੇ ਜਿਹੜੇ ਰਾਸਤੇ ਤੇ ਤੂੰ ਟੁਰਿਆ ਇੱਥੇ ਬਦਨਾਮੀ ਆਏ ਰੇਟ ਮਿਲੂੰਗੀ ਸਵੇਰੇ ਸਵੇਰੇ ਦਾ ਟਾਈਮ ਹੈ ਤੇ ਅਸਾਂ ਹੀ ਟਾਈਮ ਵੇਰੇ ਪਏ ਬਟੇਰੀਆਂ ਦੀ ਲੱਗੀ ਪੀੜੋ ਨਾਲ ਕਿੱਟ ਬਟੇਰੇ ਪਕੜੀ ਨੇ ਪੰਡੇ ਤੇ ਅਗਰ ਪਕੜੀ ਜੇ ਤਾਂ ਉਹਨਾਂ ਦਾ ਸ਼ੁਕਰ ਵੀ ਦੇਦੇ ਹਾਂ ਨਹੀਂ ਪਕੜੀ ਜੇ ਤਾਂ ਵੱਲ ਜਾਨ ਛੁੱਟੀ मोटरसाइकिल मुश्किल बहुत ज्यादा होते इतो कर मोटरसाइकिल कड़ा अस्सलाम वालेकुम ओ ताले पारो क्यों चलाई बे और मारो ताले जा मारो वो हीरा टॉप के पोल टॉप के वाले चलो मार मार को जी झाड़ू बनदा पे जेड़ा सा घरां दे विच लेने जेड़ी लकड़ी है इना नाले लगदे न जाली लेना चार साइड तो जाली लगदी है ए बैटरी पई है इथा के इना के सट लगदी है मतलब बटेरे दी आवाज़ रिकॉर्डिंग होंगी वाल सवेर सवेरे बटेरा उड़ी के आंदे लेकिन असा थोड़ा जहाँ लेट थी गए क्योंकि असा रास्ता भूल गया से ए टाइम खत्म थी गए ना फोल्ड कर गई है बटेरे चार बाल ध्यान नाल उड़ी वेसन
नसीब डू बटे रहा है सारे को दुहा ही चल दिए उड़ी गए साहब को अंदाजा कहना है कि इतनी स्पीड हो सी इन्हें ये उड़ी हुए सन दुहा ही मेरे हाथों भी छुट गए रोशान के हाथों भी छुट गए ये हूँ मेरे नाल नाराज थे बेटे सारे मेरे को अंदाजा कहना अमरीज आई उड़ी हुए सन मेरे को आते ये डॉक्टर है इन्हें को मरीज ही उड़ी हुए सन जिम्मे बटेरे उड़ी गए हूँ हाश च आना मुश्किल तेरे इश्क ने कमली कर छड़या तेरे रूहां ही उड़ी गए बटेरे रूहां ही उड़ी गए ਇਹਦਾ ਕੰਮ ਨਹੀਂ ਚਾਚਾ ਮਾਨੋ ਇਸ ਤਰ੍ਹਾਂ ਬਾਗੀ ਦੇ ਘਰ ਜੰਗਾਂ ਤੇ ਜਾਂ ਤੂੰ ਸਾਡੂ ਘਰ ਓਏ ਯਾਰ ਤੇਰੇ ਬਾਗੀ ਚੰਗਾ ਹੈ ਉਹ ਠੀਕ ਹੈ ਓਏ ਸਟਾਰਟ ਬਾਬੇ ਕਰ ਦਿੱਤੇ ਆਹਿਸਤਾ ਆਹਿਸਤਾ ਜਾਣਾ ਬਾਬੇ ਕਰ ਦੇ ਦਾ ਕੰਮ ਨਹੀਂ ਤੂੰ ਨਾ ਬਾਈ ਬਾਰ ਦਾ ਕਲਾ ਬਾਂਡ ਕਲਾ ਕਲਾ ਬਾਂਡ ਚੱਲ ਚਲਾ ਚੱਲ ਗਿਰਵਾਣਾ ਹੈ ਗਾਦੀ ਭਾਈ ਚਲਾਈ ਤਵੇਂ ਮੈਂ ਹਾਂ ਚਾਰ ਦਾ ਕੀ ਕਹਿੰਦੇ ਮਾਰ ਗਿਆ ਬੋਤਲ ਪੰਜ ਲੱਗਾ ਖੜੇ ਲੱਗਾ ਖੜੇ ਚੱਲ ਛੇ ਪੰਜ ਛੀ ਸੱਤ ਕੋਈ ਨਾ ਸੱਤ 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 चल चल कोई नहीं चल एक माफ एक माफ चल ओए बेस्टी ओए बेस्टी इको खड़ा इको धो 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 क्लास दे मॉनिटर आवे दा जी मुनीर से इंग्लिश दे तराने दे पहाड़ियां दे चलो तराना सुनवो पाकिस्तान दा वीर शाद बाद किस बरे हसीन यार बाद निशाने अदमे अली शान अर्दे पाकिस्तान अगो मर्द मरकजे मरकजे यकीन शाद बाद वाला को सुनाओ तो मरकजे मरकजे यकीन शाद बाद जिंदाबाद चलो यो आग छोड़ पाकिस्तान जिंदाबाद पाकिस्तान जिंदाबाद लसी गए पहले लसी दा पूछ ते जमान नहीं खाना चलो सही और पहुंच गए हाजरी ते इधर वाला मान तो वाला दोनों आ गए बनाओ माशाल्लाह कल तो तेल नहीं पीने आज ताव एक लग जा आज उन्हीं भी इधर हो गया ना क्या हो मैं तेरे दोबारा ठीक है तेरे काम बनाओ बता देते वे मोची बन गए वे चाओ चाओ के दिखाओ तो मेरे को वाल पता लगे ओए अगदे आ बस आली घंट करना पानी ओए इतना बता बैठ पकोड़े आ गए सही है हां 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 चिकन पकोड़े मुर्गी चाहिए मुर्गी जे भाई साहब ना रोटी नहीं खांदे बस यो सही है आओ सही हाजी साहब ठीक है सही वाला अल्लाह हाफिज यार ये था हमारा आज का व्लॉग था बहुत ज्यादा गए यकीन करें तो इंशाल्लाह मिलते हैं नेक्स्ट टाइम एक नई वीडियो के साथ आप मेरी हालत देख रहे होंगे ये देखें तो तब तक के लिए अल्लाह हाफिज़।